ਬੀਤੇ ਦਿਨੀ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਚੋਲਾ ਸਾਹਿਬ ਦੇ ਵਸਨੀਕ ਅਤੇ ਤਰਕਸ਼ੀਲ ਸੁਸਾਇਟੀ ਜ਼ੋਨ ਅੰਮ੍ਰਿਤਸਰ ਦੇ ਸੀਨੀਅਰ ਆਗੂ ਸੁਖਵਿੰਦਰ ਚੋਲਾ ਦੀ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਜਾਣ ਕਾਰਨ ਮੌਤ ਹੋ ਗਈ ਸੀ। ਜਿਸ ਦੇ ਚਲਦਿਆਂ ਸੁਖਵਿੰਦਰ ਸਿੰਘ ਚੋਲਾ ਦੇ ਪਰਿਵਾਰ ਨੇ ਸਵਰਗੀ ਸੁਖਵਿੰਦਰ ਸਿੰਘ ਦੀ ਆਖਰੀ ਇੱਛਾ ਮੁਤਾਬਕ ਉਹਨਾਂ ਦੀ ਮ੍ਰਿਤਕ ਦੇਹ ਖੋਜ ਕਾਰਜਾਂ ਲਈ ਆਦੇਸ਼ ਹਸਪਤਾਲ ਮੈਡੀਕਲ ਕਾਲਜ ਬਠਿੰਡਾ ਨੂੰ ਦਾਨ ਕਰ ਦਿੱਤੀ ਹੈ। ਇਸ ਉਪਰੰਤ ਸਵਰਗੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਦੀ ਵਿਦਾਇਗੀ ਮੌਕੇ ਕਸਬਾ ਚੋਲਾ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂਆਂ ਨੇ ਸਵਰਗੀ ਮੁਕਤ ਸੁਖਵਿੰਦਰ ਦੀ ਮ੍ਰਿਤਕ ਦੇਹ ਦੀ ਵਿਦਾਇਗੀ ਮੌਕੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੁਖਵਿੰਦਰ ਸਿੰਘ ਚੋਲਾ ਦੇ ਪਾਏ ਪੁੰਨਿਆਂ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਓ। ਮੈਂ ਰਜਿੰਦਰ ਭਦੌੜ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਵਿਭਾਗ ਦਾ ਮੁਖੀ ਹਾਂ। ਮੁਖਵਿੰਦਰ ਚੋਲਾ ਜੀ ਜਿਹੜੇ ਬੇਵਕਤ ਸਾਡੇ ਕੋਲੋਂ ਵਿਛੜਿਆ, ਅਸੀਂ ਇਹ ਗੱਲ ਲੋਕਾਂ ਨੂੰ ਦੱਸਣੀ ਚਾਹੁੰਦੇ ਹਾਂ, ਪ੍ਰੇਰਨਾ ਦੇਣੀ ਚਾਹੁੰਦੇ ਹਾਂ ਕਿ ਮੌਤ ਤੋਂ ਬਾਅਦ ਸਰੀਰ ਨੂੰ ਸਾੜਨ ਦੀ, ਦਫਨਾਉਣ ਦੀ ਲੋੜ ਨਹੀਂ ਹੁੰਦੀ, ਸਗੋਂ ਇਹ ਮੈਡੀਕਲ ਖੋਜਾਂ ਦੇ ਲਈ ਕੰਮ ਆਉਂਦਾ। ਸਾਨੂੰ ਮੈਡੀਕਲ ਕਾਲਜਾਂ ਨੂੰ ਇਹ ਦੇਣਾ ਚਾਹੀਦਾ, ਜਿੱਥੇ ਉੱਥੇ ਵਿਦਿਆਰਥੀਆਂ ਨੇ ਪੜ੍ਹਾਈ ਕਰਨੀ ਹੈ, ਉੱਥੇ ਨਾਲ ਦੀ ਨਾਲ ਇਹਦਾ ਕੁਝ ਸਮਾਜਿਕ ਪਹਿਲੂ ਵੀ ਹੈ। ਆਪਾਂ ਅੱਜ ਜਾਣਦੇ ਹਾਂ ਕਿ ਦਰਖਤ ਘੱਟ ਰਹੇ ਆ, ਅਤੇ ਇੱਕ ਬੋਡੀ ਨੂੰ ਜਲਾਉਣ ਲਈ ਲਗਭਗ ਅੱਧਾ ਦਰਖਤ ਆ ਜਿਹੜਾ ਉਹ ਸਾਨੂੰ ਜਲਾਉਣਾ ਪੈਂਦਾ, ਉਹਦੇ ਨਾਲ ਜਿੰਨਾ ਪ੍ਰਦੂਸ਼ਣ ਹੁੰਦਾ, ਉਹਨਾਂ ਪੱਖਾਂ ਤੋਂ ਵੀ ਇਸ ਗੱਲ ਨੂੰ ਜਿਹੜਾ ਹੈ ਲੈਣਾ ਚਾਹੀਦਾ। ਦੂਸਰੀ ਗੱਲ ਜਿਹੜੀ ਅਸੀਂ ਸਮਝਦੇ ਹਾਂ ਕਿ ਇੱਕ ਮਨੁੱਖ ਦੇ ਮਰਨ ਦੇ ਨਾਲ ਹੀ ਸਭ ਕੁਝ ਸਮਾਪਤ ਹੋ ਜਾਂਦਾ, ਉਹਦਾ ਕੁਝ ਵੀ ਅੱਗੇ ਜਾਣ ਵਾਲੀ ਗੱਲ, ਧਰਮਰਾਜ ਵਾਲੀ ਗੱਲ, ਉਹ ਸਾਰੀਆਂ ਗੱਲਾਂ ਠੀਕ ਹੈ, ਕਿਸੇ ਦੇ ਮਨ ਨੂੰ ਧਰਵਾਸ ਦੇਣ ਲਈ ਤਾਂ ਕਾਫੀ ਹੁੰਦੀਆਂ ਕਿ ਹੁਣ ਵੀ ਉਹਦਾ ਸਾਡੇ ਨਾਲ ਇੰਨਾ ਹੀ ਸੰਬੰਧ ਸੀ, ਪਰ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਆਖਰੀ ਸਾਹ ਲਿਆ ਜਾਂਦਾ ਤਾਂ ਉਹਦੇ ਨਾਲ ਹੀ ਸਾਰੀ ਜੀਵਨ ਦੀ ਸਮਾਪਤੀ ਹੋ ਜਾਂਦੀ ਹੈ। ਕੁਝ ਵੀ ਜੀ ਅਜਿਹਾ ਨਹੀਂ ਹੁੰਦਾ ਜਿਹੜਾ ਮਨੁੱਖ ਦੇ ਅੰਦਰੋਂ ਨਿਕਲਦਾ ਜਾਂ ਜਨਮ ਵੇਲੇ ਆਉਂਦਾ। ਸੋ ਸਾਨੂੰ ਲੰਬੀ ਉਮਰ ਦੇ ਲਈ ਸ਼ੁੱਧ ਵਾਤਾਵਰਨ, ਹੈਲਦੀ ਵਾਤਾਵਰਨ ਦੀ ਜ਼ਰੂਰਤ ਆ, ਉਸ ਨੂੰ ਉਸਾਰਨ ਦੀ ਜ਼ਰੂਰਤ ਆ। ਅਸੀਂ ਸਮਾਜ ਨੂੰ ਇਹ ਗੱਲ ਬਹੁਤ ਜ਼ੋਰ ਨਾਲ ਕਹਿਣੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ, ਸਾਡੇ ਸਵਾਸ, ਸਾਡੀ ਸਿਹਤਮੰਦ ਜ਼ਿੰਦਗੀ ਦਾ ਰਾਜ ਆ ਜਿਹੜਾ ਉਹ ਤੰਦਰੁਸਤ ਹੈਲਦੀ ਵਾਤਾਵਰਨ 'ਚ ਆ, ਨਾ ਕਿ ਉਹ ਪੁਰਾਣੀਆਂ ਪੁਰਾਤਨ ਗੱਲਾਂ ਲਿਖੀਆਂ ਲਿਖਾਈਆਂ ਕਿ ਸਵਾਸ ਇੰਨੇ ਸੀ, ਵਿਉਹ ਮਾਤਾ ਨੇ ਕਿਸਮਤ ਇਹੋ ਜਿਹੀ ਲਿਖਤੀ। ਉਹਨਾਂ ਗੱਲਾਂ ਤੋਂ ਸਾਨੂੰ ਚੇਤਨ ਰੂਪ ਦੇ ਵਿੱਚ ਖੜਾ ਛਡਾਉਣ ਦੀ ਲੋੜ ਆ ਅਤੇ ਵਾਤਾਵਰਨ ਨੂੰ ਹੈਲਦੀ ਬਣਾਉਣ ਦੀ ਲੋੜ। ਅਸੀਂ ਲੋਕ ਇਹ ਸਮਝਦੇ ਹਾਂ ਕਿ ਸਰੀਰ ਜਦੋਂ ਮਰ ਜਾਂਦਾ ਇਹ ਮਿੱਟੀ ਹੋ ਜਾਂਦਾ, ਇਹ ਕਿਤੇ ਵੀ ਨਹੀਂ ਜਾਂਦਾ, ਇਹਦੇ ਵਿੱਚੋਂ ਕੋਈ ਵੀ ਚੀਜ਼ ਨਹੀਂ ਨਿਕਲਦੀ। ਸੋ ਅੱਜ ਤੋਂ ਪਹਿਲਾਂ ਜਦੋਂ ਵਿਗਿਆਨਿਕ ਤੌਰ 'ਤੇ ਲੋਕ ਚੇਤਨ ਨਹੀਂ ਸੀ ਹੋਏ ਤਾਂ ਸਾਡੇ ਜਿਹੜੇ ਡਾਕਟਰ ਵਿਗਿਆਨੀ ਸੀ ਉਹਨਾਂ ਨੂੰ ਰਿਸਰਚ ਕਰਨ ਲਈ ਸ਼ਮਸ਼ਾਨ ਘਾਟ ਵਿੱਚੋਂ ਡੈੱਡ ਬੋਡੀ ਕੱਢ ਕੇ ਲਿਆਉਣੀਆਂ ਪੈਂਦੀਆਂ ਸੀ। ਪਰ ਜਿੱਦਾਂ ਇਹ ਕੰਮ ਕਿੰਨਾ ਔਖਾ, ਚੋਰੀ ਵੀ ਸੀ, ਡਰ ਵੀ ਸੀ, ਦਹਿਸ਼ਤ ਵੀ ਸੀ, ਪਰ ਫਿਰ ਵੀ ਉਹ ਸਾਡੇ ਜਿਹੜੇ ਕਰਦੇ ਰਹੇ। ਇਹਦੇ ਵਿੱਚੋਂ ਉਪਜਿਆ ਹੋਇਆ ਇਹ ਸਵਾਲ ਸੀ ਕਿ ਅਸੀਂ ਲੋਕਾਂ ਨੂੰ ਇਸ ਗੱਲ ਤਿਆਰ ਕਰੀਏ ਕਿ ਉਸ ਮਰਨ ਤੋਂ ਬਾਅਦ ਜਿਹੜੀ ਆਪਣੀ ਡੈੱਡ ਬੋਡੀ ਆ ਉਹ ਹੋਸਪਿਟਲ ਨੂੰ ਡੋਨੇਟ ਕਰਨ, ਤਾਂ ਕਿ ਉੱਤੋਂ ਵਿਦਿਆਰਥੀ ਜਿਹੜੇ ਆ ਉਹ ਸਿੱਖਿਆ ਲੈ ਕੇ ਵਧੀਆ ਡਾਕਟਰ ਬਣ ਸਕਣ। ਇਹਦੇ ਨਾਲ ਹੀ ਉਹਨਾਂ ਲਈ ਜ਼ਰੂਰੀ ਆ ਕਿ ਉਹਨਾਂ 'ਚ ਦਹਿਸ਼ਤ ਵੀ ਜਾਂਦੀ। ਮੈਂ ਇੱਥੇ ਜ਼ਰੂਰੀ ਕਰਨਾ ਚਾਹੂੰਗਾ ਕਿ ਜੇ ਸਾਡੇ ਸਮਾਜ ਦੇ ਵਿੱਚ ਇਹ ਵਰਤਾਰਾ ਚੱਲ ਪਵੇ ਡੈੱਡ ਬੋਡੀ ਜਿਹੜੀ ਡੋਨੇਟ ਕਰਨ ਦਾ, ਤਾਂ ਉਹ ਬਹੁਤ ਚੰਗਾ ਹੋਊਗਾ। ਜਿਹਦੇ 'ਚੋਂ ਇੱਕ ਉਦਾਹਰਨ ਨਵਾਂ ਸ਼ਹਿਰ ਦੇ ਕਸ਼ਮੀਰ ਸਿੰਘ ਦੀ ਮੈਂ ਦੇਣੀ ਚਾਹੁੰਦਾ, ਜਿਨ੍ਹਾਂ ਦਾ ਸਭ ਤੋਂ ਪਹਿਲਾਂ ਹਾਰਟ ਜਿਹੜਾ PGI ਵਿੱਚ ਟ੍ਰਾਂਸਪਲਾਂਟ ਕੀਤਾ ਗਿਆ। ਜਦੋਂ ਉਹਨਾਂ ਦੀ ਦਿਮਾਗੀ ਤੌਰ 'ਤੇ ਮੌਤ ਹੋ ਗਈ ਤਾਂ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਦਾਨ ਕੀਤਾ ਗਿਆ, ਅਤੇ ਉਹਦੇ ਵਿੱਚੋਂ ਪਹਿਲਾ PGI ਦੇ ਵਿੱਚ ਜਿਹੜਾ ਹਾਰਟ ਟ੍ਰਾਂਸਪਲਾਂਟ ਹੋਇਆ ਉਹ ਜਿਹੜਾ ਆ ਉਹ PGI ਤਰਕਸ਼ੀਲ ਸਾਥੀ ਦਾ